ਪਹਿਲਾਂ ਤਾਂ ਤੁਹਾਡਾ ਵਿਰਸਾ ਟੀ ਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਹਿੱਟ ਗਾਣੇ, ਅਤੇ ਹਿੱਟ ਗਾਣੇ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇੱਕ ਵੱਖਰਾ ਨਾਮ ਬਣਾਇਆ, ਅਤੇ ਪਿੱਛੇ ਹੀ ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ ਦੀ ਲੜਾਈ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣੀ। ਦੋਨੇ ਸਿੰਗਰ ਹੀ ਆਪਣੇ ਗਾਣੇ ਦੇ ਵਿੱਚ ਇੱਕ ਦੂਜੇ ਨੂੰ ਟਾਰਗੇਟ ਕਰਦੇ ਰਹਿੰਦੇ ਨੇ, ਅਤੇ ਹੁਣ ਵੀ ਇਹਨਾਂ ਦੋਨਾਂ ਸਿੰਗਰਾਂ ਦਾ ਮੁੱਦਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਹੇ ਆ। ਕਰਨ ਔਜਲਾ ਜਿਸ ਨੂੰ ਗੀਤਾਂ ਦੀ ਮਸ਼ੀਨ ਦੇ ਨਾਲ ਵੀ ਸਾਰੇ ਜਾਣਦੇ ਨੇ, ਅਤੇ ਕੱਲ੍ਹ ਹੀ ਰਿਲੀਜ਼ ਹੋਇਆ ਗਾਣਾ ਜਿਸ ਨੂੰ ਕਰਨ ਔਜਲਾ ਨੇ ਲਿਖਿਆ, ਅਤੇ ਇਸ ਗਾਣੇ ਨੂੰ ਗਾਇਆ ਨਾਮੀ ਸਿੰਗਰ ਗੁਲਾਬ ਸਿੱਧੂ ਨੇ, ਜਿਸ ਗਾਣੇ ਦੇ ਕਰਾਰੇ ਬੋਲਾਂ ਨੇ ਸਿੱਧਾ ਸਿੱਧਾ ਸਿੱਧੂ ਮੂਸੇਵਾਲੇ ਨੂੰ ਜਵਾਬ ਦਿੱਤਾ। ਅਤੇ ਹੁਣ ਤੁਹਾਨੂੰ ਲੈ ਕੇ ਜਾਂਦੇ ਹਾਂ ਉਹ ਵੀਡੀਓ ਦੇ ਵੱਲ, ਅਤੇ ਜਿੰਨੇ ਵੀ ਇਹਨਾਂ ਦੇ ਫੈਨ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਚੱਲਦੀ ਲਾਈਕਾਂ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣ, ਅਤੇ ਜਿਹਨਾਂ ਨੇ ਹਜੇ ਤੱਕ ਵੀ ਸਾਡਾ ਵਿਰਸਾ ਟੀ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨਾਲ ਲੱਗਦੇ ਬੈਲ ਦੇ ਆਈਕੋਨ 'ਤੇ ਵੀ ਕਲਿੱਕ ਕਰ ਦਿਓ, ਤਾਂ ਜੋ ਨਵੀਆਂ ਖਬਰਾਂ ਇੰਡਸਟਰੀ ਦੀਆਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕਣ। ਜਿਵੇਂ ਪਿੱਛੇ ਜਿਹੇ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਵਾਰਨਿੰਗ ਸ਼ੋਟ ਦੇ ਵਿੱਚ ਕਰਨ ਔਜਲਾ ਨੂੰ ਕਰਾਰਾ ਜਵਾਬ ਦਿੱਤਾ ਸੀ, ਦੂਜੇ ਪਾਸੇ ਗੀਤਾਂ ਦੀ ਮਸ਼ੀਨ ਵੱਲੋਂ ਲਿਖਿਆ ਹੋਇਆ ਗਾਣਾ, ਯਾਨੀ ਕਿ ਕਰਨ ਔਜਲਾ ਦਾ ਲਿਖਿਆ ਹੋਇਆ ਗੀਤ ਜਿਸ ਨੂੰ ਗੁਲਾਬ ਸਿੱਧੂ ਨੇ ਗਾਇਆ, ਅਤੇ ਜਿਸ ਵਿੱਚ ਵਾਰਨਿੰਗ ਸ਼ੋਟ ਦੇ ਬੋਲਾਂ ਨੂੰ ਸਿੱਧਾ ਸਿੱਧਾ ਜਵਾਬ ਦਿੱਤਾ ਕਰਨ ਔਜਲਾ ਨੇ। ਅਤੇ ਹੁਣ ਤੁਹਾਨੂੰ ਇੱਕ ਝਲਕ ਮਰਾਉਂਦੇ ਆ ਉਹ ਗਾਣੇ ਦੇ ਵੱਲ। ਕੀਤਾ ਤੂੰ ਸਟਾਰਟ ਆਪਾਂ ਐਂਡ ਕਰਾਂਗੇ, ਨਾ ਕੋਈ ਵਾਰਨਿੰਗ ਸਿੱਧਾ ਸਸਪੈਂਡ ਕਰਾਂਗੇ, ਵਾਰਨਿੰਗ ਨਹੀਂ ਸਿੱਧਾ ਸਸਪੈਂਡ ਕਰਾਂਗੇ। ਇਸ ਗਾਣੇ ਤੋਂ ਬੋਲਾਂ ਤੋਂ ਹੀ ਪਤਾ ਲੱਗਦਾ ਕਿ ਇਹ ਗਾਣੇ ਦੇ ਬੋਲ ਸਿੱਧੂ ਮੂਸੇਵਾਲੇ ਲਈ ਵਰਤੇ ਗਏ ਨੇ। ਇਸ ਗਾਣੇ ਤੋਂ ਬਾਅਦ ਕਰਨ ਔਜਲਾ ਨੇ ਸਨੈਪਚੈਟ 'ਤੇ ਸਟੋਰੀ ਪਾਈ ਜਿਸ ਵਿੱਚ ਉਹਨਾਂ ਨੇ ਕਿਹਾ ਮਿਰਚ ਤਾਂ ਲੜੀ ਹੋਣੀ ਆ, ਆਓ ਇੱਕ ਝਲਕ ਮਰਾਉਂਦੇ ਆ ਉਹ ਵੀਡੀਓ ਦੇ ਵੱਲ। ਮਿਰਚ ਤਾਂ ਲੜੀ ਆ, ਮਿਰਚ ਤਾਂ ਲੜੀ ਆ, ਇਹਨੋ ਵੀ ਆ ਹੀ ਤੇ ਸਭ ਤੋਂ ਬਾਅਦ ਹੀ ਸਿੱਧੂ ਮੂਸੇਵਾਲੇ ਨੇ ਕਰਾਰਾ ਜਵਾਬ ਦਿੱਤਾ ਆਪਣੀ ਇੰਸਟਾਗ੍ਰਾਮ ਦੇ ਰਾਹੀਂ, ਜਿਸ ਵਿੱਚ ਉਹਨਾਂ ਨੇ ਫੋਟੋ ਪੋਸਟ ਕੀਤੀ ਜਿਸ ਵਿੱਚ ਲਿਖਿਆ ਏ ਹਮਨੇ ਸ਼ਿਕਾਰ ਕਰਨਾ ਕਿਆ ਛੋੜ ਦੀਆ, ਕੁੱਤੋਂ ਨੇ ਸਮਝ ਲਿਆ ਜੰਗਲ ਅਬ ਹਮਾਰਾ ਹੈ। ਤੇ ਨਾਲ ਲੱਗਦਾ ਉਹਨਾਂ ਨੇ ਲਿਖਿਆ ਪਿੱਠ ਤੇ ਨਹੀਂ ਸਿੱਧਾ ਹਿੱਕੀ ਉੱਤੇ ਮਾਰਿਆ, ਦਸੋਂ ਦਿਨਾਂ ਵਿੱਚ ਡੇਟ ਤੁਸੀਂ ਲੌਕ ਕਰਿਓ, ਟਾਈਮ ਬਹੁਤਾ ਨਹੀਂ ਮੈਂ ਲਾਉਂਦਾ, ਗਾਣਾ ਜੱਟ ਦਾ ਹੈ ਆਉਂਦਾ, ਹੁਣ ਆਈ ਡੀ ਵਿੱਚੋਂ ਬੰਦੇ ਨਾਲ ਬਲੌਕ ਕਰਿਓ। ਇਹ ਸਭ ਦੇਖਣ ਤੋਂ ਬਾਅਦ ਲੱਗਦਾ ਕਿ ਇਹਨਾਂ ਦਾ ਮੁੱਦਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਤੁਹਾਡਾ ਇਸ ਮੁੱਦੇ ਬਾਰੇ ਕੀ ਵਿਚਾਰ ਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ, ਅਤੇ ਤੁਸੀਂ ਕਿਸ ਦੇ ਫੈਨ ਆ ਕਰਨ ਔਜਲਾ ਸਿੱਧੂ ਮੂਸੇਵਾਲਾ ਇਹ ਵੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਅਤੇ ਅੱਜ ਲਈ ਇੰਨਾ ਹੀ, ਅਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਜਲਦੀ, ਅਤੇ ਤੁਸੀਂ ਦੇਖ ਰਹੇ ਹੋ ਵਿਰਸਾ ਟੀਵੀ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਬਾ ਦਿਓ ਬੈਲ ਦਾ ਆਈਕਾਨ।